ਜੈਤੋ ਸ਼ਹਿਰ ਦੇ ਟਿੱਬੀ ਸਾਹਿਬ ਰੋਡ ਤੇ ਰਹਿੰਦੇ ਜੀਤ ਰਾਮ ਦੇ ਪੁੱਤਰ ਜੀਤਾ ਸਿੰਘ ਦੇ ਵੱਲੋਂ ਆਪਣੇ ਸਕੇ ਭਰਾ ਕੁਲਦੀਪ ਸਿੰਘ ਦਾ ਤੇਜ਼ ਤਾਰ ਹਥਿਆਰ ਦੇ ਨਾਲ ਕਤਲ ਕਰਨ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ। ਜਾਣਕਾਰੀ ਦੇ ਅਨੁਸਾਰ ਇਹ ਘਟਨਾ ਦੇਰ ਰਾਤ ਕਰੀਬ 10 ਵਜੇ ਦੀ ਹੈ। ਕੁਲਦੀਪ ਸਿੰਘ ਤੇ ਉਸਦੇ ਵੱਡੇ ਭਰਾ ਜੀਤਾ ਸਿੰਘ ਦੇ ਵਿੱਚ ਵਾਲੀ ਛੋਟੀ ਜਿਹੀ ਖਿੱਚੋਤਾਣ ਲੜਾਈ ਵਿੱਚ ਬਦਲ ਗਈ, ਜਿਸ ਦੇ ਵਿੱਚ ਕਿ ਜੀਤਾ ਸਿੰਘ ਨੇ ਗੁੱਸੇ 'ਚ ਆ ਕੇ ਆਪਣੇ ਸਕੇ ਭਰਾ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਕਾਰਨ ਕੁਲਦੀਪ ਸਿੰਘ ਘਰ ਤੋਂ ਲਗਭਗ 400 ਤੋਂ 500 ਮੀਟਰ ਦੂਰ ਦੂਜੀ ਗਲੀ ਦੇ ਵਿੱਚ ਡਿੱਗ ਪਿਆ। ਖੂਨ ਦੇ ਨਾਲ ਲਥਪਥ ਕੁਲਦੀਪ ਨੂੰ ਗਲੀ ਦੇ ਲੋਕਾਂ ਦੇ ਵੱਲੋਂ ਜਿਹੜਾ ਹੈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸਨੂੰ ਫਰੀਦਕੋਟ ਰੈਫਰ ਕੀਤਾ ਗਿਆ। ਕੋਟਕਪੁਰਾ ਦੇ ਹਸਪਤਾਲ ਪਹੁੰਚਣ ਤੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਰਾਤ ਕਤਲ ਕੀਤਾ ਹੈ ਮੁੰਡੇ ਦਾ, ਉਹ ਤੁਹਾਡਾ ਕੀ ਲੱਗਦਾ ਸੀ ਜੀ? ਉਹ ਮੇਰੇ ਦੇਵਰ। ਅੱਛਾ, ਕੀ ਗੱਲਬਾਤ ਹੋਈ ਸਾਰੀ? ਬਸ ਕੰਮ ਤੋਂ ਆਇਆ ਸੀ, ਉਹਨੇ ਨਹਾਉਣਾ ਹੀ ਸੀ, ਬਸ ਪਾਣੀ ਪਿੱਛੇ ਜਿੱਦ ਪਏ। ਉਹ ਆਂਦੇ ਤੂੰ ਨਹਾ ਲਾ ਪਾਣੀ, ਪੁੱਛ ਲਾ ਦੀ ਭਰਜਾਈ ਨੂੰ ਜੀ, ਤੇ ਬਸ ਇੰਨੀ ਗੱਲ ਹੈ, ਤੇ ਇੰਨੀ ਗੱਲ ਪਿੱਛੇ ਜੁੱਟ ਵੱਖੀ ਹੋ ਗਏ ਜੀ। ਮੁੜ ਕੇ ਬਾਹਰ ਚਲਾ ਗਿਆ, ਬਾਹਰ ਉਹਨੂੰ ਮਾਰ ਕੇ ਆਇਆ। ਕੀ ਮਾਰਿਆ ਗਾ? ਇਹਨਾਂ ਨੀ ਪਤਾ ਜੀ, ਹਨੇਰਾ ਸੀ, ਸਾਨੂੰ ਪਤਾ ਨੀ ਲੱਗਿਆ। ਠੀਕ ਹੈ, ਹਾਂਜੀ, ਲੈਟ ਗਈ ਹੋਈ ਸੀ। ਠੀਕ ਹੈ ਜੀ, ਕੀ ਕੰਮ ਕੀ ਕਰਦਾ ਸੀ ਮੁੰਡਾ? ਇਹ ਡੀਜੇ ਦਾ ਕੰਮ ਕਰਦਾ ਸੀ। ਇਨਫੋਰਮੇਸ਼ਨ ਮਿਲੀ ਸੀ ਜੀ, ਕੁਲਦੀਪ ਸਿੰਘ ਗਗਨ ਨਾਂ ਦੇ ਲੜਕੇ ਦੀ ਮਰਡਰ ਹੋਇਆ ਜੀ, ਔਰ ਉਹਦੇ ਭਰਾ ਨਹੀਂ, ਸਕੇ ਭਰਾ ਨਹੀਂ, ਕਹਿੰਦੇ ਗੁਰਮੀਤ ਸਿੰਘ ਗੀਤਾ ਜੀ, ਉਹਨੇ ਕੀਤਾ। ਕੋਈ ਇਹਨਾਂ ਦਾ ਘਰੇਲੂ ਹੀ ਵਿਵਾਦ ਸੀ, ਕੋਈ ਇਹਦੇ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਵੀ ਕਾਰਨ ਕੀ ਸੀ ਜੀ। ਸਾਡੀ ਤਫਤੀਸ਼ ਜਾਰੀ ਆ, ਔਰ ਜੋ ਵੀ ਇਹਦੇ ਵਿੱਚ ਅੱਗੇ ਸਾਡੀ ਜੋ ਤਫਤੀਸ਼ ਵਿੱਚ ਸਾਹਮਣੇ ਆਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ, ਬਾਅਦ ਵਿੱਚ ਦੱਸ ਦਿਆਂਗੇ। ਅਜੇ ਇਹਦੇ ਬਾਰੇ ਨਾ ਕੋਈ ਬਹੁਤਾ ਜਾਣਕਾਰੀ ਨਹੀਂ ਹੈ ਜੀ, ਜਦੋਂ ਜੋ ਵੀ ਜਿੰਨੀ ਕੁ ਜਾਣਕਾਰੀ ਮਿਲੂਗੀ ਉਹ ਤੁਹਾਨੂੰ ਪ੍ਰੈਸ ਨੂੰ ਜ਼ਰੂਰ ਦੇਵਾਂ। ਜਿਹੜਾ ਵਿਅਕਤੀ ਨੇ ਕਤਲ ਕੀਤਾ, ਕੀ ਉਹ ਪੁਲਿਸ